ਤੁਸੀਂ ਕਲਾਸ ਪੋਸਟ ਯੂਨੀਅਨ ਦੇ ਪ੍ਰਧਾਨ ਵੀ ਹੋ ਤਾਂ ਪੰਜਾਬ ਦੇ ਇੱਕ ਮੈਂਬਰ ਵੀ ਹੈਗੇ ਯੂਨੀਅਨ ਦੇ, ਤਾਂ ਜਿਵੇਂ ਕਿ ਲੋਕਡਾਊਨ ਚੱਲਦਾ ਪਿਆ ਵਾ ਤਾਂ ਚੀਫ ਸਕੱਤਰ ਵੱਲੋਂ 30% ਜਿਹੜਾ ਕਿ ਇਹ ਤਨਖਾਹਾਂ 'ਚ ਕਟੌਤੀ ਕਰਨ ਦੀ ਵੀ ਗੱਲ ਕੀਤੀ ਗਈ, ਤਾਂ ਕਿਸ ਨਜ਼ਰੀਏ ਨਾਲ ਤੁਸੀਂ ਦੇਖਦੇ ਇਸ ਨੂੰ? ਮੈਂ ਪੰਜਾਬ ਦਾ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਜਿਹੜਾ ਚੀਫ ਸਕੱਤਰ ਪੰਜਾਬ ਨੇ ਬਿਆਨ ਦਿੱਤਾ, ਪਹਿਲਾਂ ਤਾਂ ਮੈਂ ਉਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦਾ। ਚੀਫ ਸਕੱਤਰ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਦੇ ਕਹਿਣ 'ਤੇ ਫਰਮਾਨ ਜਾਰੀ ਕੀਤਾ ਮੁਲਾਜ਼ਮਾਂ 'ਤੇ, ਕਿਉਂਕਿ ਕਰੋਨਾ ਵਰਗੀ ਮਹਾਂਮਾਰੀ ਦੀ ਭਿਆਨਕ ਬਿਮਾਰੀ ਵਿੱਚ ਚੱਲਦਿਆਂ ਜਿਹੜੇ ਸਾਡੇ ਮੁਲਾਜ਼ਮ ਆ ਦਰਜਾ ਬਦਰਜਾ ਉਹ ਡਿਊਟੀਆਂ ਕਰਦੇ ਨੇ ਇੱਦਾਂ ਦੇ ਦੌਰ ਦੇ ਵਿੱਚ। ਔਰ ਦੇਖੋ, ਲੁਧਿਆਣੇ ਦੇ ACP ਦੀ ਮੌਤ ਹੋ ਗਈ, ਪੁਲਿਸ ਹੈਲਥ ਡਿਪਾਰਟਮੈਂਟ ਦੇ ਵਿਭਾਗ ਦੇ ਸਾਡੇ ਕਰਮਚਾਰੀ ਡਾਕਟਰ, ਇੱਥੋਂ ਤੱਕ ਕਿ ਸਾਡੇ ਕਲਾਸ 4 ਸਫਾਈ ਸੇਵਕ ਜਿਹੜੇ ਭਿਆਨਕ ਬਿਮਾਰੀ ਦੇ ਚੱਲਦਿਆਂ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਦਿਨ ਬੇ ਦਿਨ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ। ਪਰ ਜਿਹੜਾ ਚੀਫ ਸਕੱਤਰ ਵੱਲੋਂ ਇੱਕ ਸਾਡੇ 'ਤੇ ਥੋਪਿਆ ਗਿਆ ਬਿਆਨ ਕਿ AB ਕਲਾਸ ਦੀ ਜਿਹੜੀ 30% ਤਨਖਾਹ 'ਚ ਕਟੌਤੀ, C ਕਲਾਸ ਦੀ 20%, D ਕਲਾਸ ਦੀ ਜਿਹੜੇ ਦਰਜਾ 4 ਸਾਡੇ ਕਰਮਚਾਰੀ ਆ ਉਹਨਾਂ ਦੀ 10%, ਔਰ ਇਹ ਬਹੁਤ ਵੱਡੀ ਨਿੰਦਣਯੋਗ ਗੱਲ ਹੈ। ਮੈਂ ਮੁੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਪਣੀਆਂ ਜਿਹੜੀਆਂ 15-15, 18-18, 8-8, 10-10 ਪੈਨਸ਼ਨਾਂ ਲੈ ਰਹੇ ਹੋ, ਉਹਨਾਂ ਨੂੰ ਕਿਉਂ ਨਹੀਂ ਲੋਕਾਂ ਨੂੰ ਸਮਰਪਿਤ ਕਰਦੇ? ਉਹ ਜਿਹੜਾ ਤੁਹਾਡਾ ਪੈਨਸ਼ਨਾਂ ਦਾ ਪੈਸਾ ਹੈ, ਤੁਹਾਡੀਆਂ ਮੋਟੀਆਂ ਸੈਲਰੀਆਂ, ਉਹ ਇਸ ਕਰੋਨਾ ਵਰਗੀ ਮਹਾਂਮਾਰੀ ਦੇ ਵਿੱਚ ਲੋਕਾਂ ਨੂੰ ਅਰਪਿਤ ਕਰੋ, ਕਿਉਂਕਿ ਤੁਹਾਡੇ ਕੋਲ ਕਾਲਾ ਧਨ ਹੈ। ਇਸ ਕਾਲੇ ਧਨ ਨੂੰ ਤੁਸੀਂ ਕਿੱਥੇ ਲਿਜਾਣਾ? ਤੁਹਾਨੂੰ ਹਮੇਸ਼ਾ ਹੀ ਮੁਲਾਜ਼ਮਾਂ ਦੀਆਂ ਤਨਖਾਹਾਂ ਵੱਲ ਤੁਹਾਡੀ ਨਿਗਾਹ ਰਹੀ ਆ ਅੱਜ ਤੋਂ ਲੈ ਕੇ ਪਹਿਲਾਂ ਵੀ, ਕਿਉਂਕਿ ਹਾਲੇ ਤੱਕ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਜਿਹੜਾ ਪੇ ਕਮਿਸ਼ਨ, DA ਦੀਆਂ ਕਿਸ਼ਤਾਂ ਲਮਕ ਅਵਸਥਾ ਵਿੱਚ ਚੱਲ ਰਹੀਆਂ, ਜਿਹੜੀਆਂ ਦੇਣ ਨੂੰ ਸਰਕਾਰ ਕੰਨੀ ਕਤਰਾ ਰਹੀ ਆ। ਔਰ ਬੜੀ ਇਹ ਸ਼ਰਮਨਾਕ ਗੱਲ ਹੈ, ਉਲਟਾ ਸਾਡੇ ਮੁਲਾਜ਼ਮਾਂ 'ਤੇ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ 'ਤੇ ਦਬਾਅ ਬਣਾਇਆ ਜਾ ਰਿਹਾ ਝੂਠੇ ਲੈਟਰ ਕੱਢ ਕੇ ਕਿ ਇਹਨਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਿਸੇ ਦੀ 20%, ਕਿਸੇ ਦੀ 30%, ਕਿਸੇ ਦੀ 10% ਨੂੰ ਟੋਕਾ ਲਾਇਆ ਜਾਵੇ। ਔਰ ਇਹ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ, ਕਿਉਂਕਿ ਸਰਕਾਰ ਨੂੰ ਸਾਡੇ ਮੁਲਾਜ਼ਮਾਂ ਵੱਲ ਆਪਣਾ ਨਿੱਜੀ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਸਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ, ਜਿਵੇਂ ਪੇ ਕਮਿਸ਼ਨ ਹੈ, DA ਦੀਆਂ ਕਿਸ਼ਤਾਂ, ਕੱਚੇ ਕਾਮੇ ਪੱਕੇ ਕਰਨੇ ਆ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਸਰਕਾਰ ਦਾ ਇੱਧਰ ਨੂੰ ਧਿਆਨ ਹੋਣ ਦੀ ਬਜਾਏ ਉਲਟ ਸਾਡੇ ਫੰਡਾਂ 'ਤੇ, ਉਲਟ ਸਾਡੀ ਤਨਖਾਹ 'ਤੇ ਔਰ ਸਾਡੀਆਂ ਡਿਊਟੀਆਂ ਪ੍ਰਤੀ ਸਰਕਾਰ ਜਿਹੜੀ ਸੰਜੀਦਾ ਨਹੀਂ ਹੈਗੀ। ਅਗਰ ਇਹਨਾਂ ਭਿਆਨਕ ਬਿਮਾਰੀਆਂ 'ਚ ਚੱਲਦਿਆਂ ਸਾਡੇ ਕਿਸੇ ਮੁਲਾਜ਼ਮਾਂ ਨੂੰ ਕੋਈ ਹਵੀ ਨਵੀ ਹੋ ਗਈ, ਉਹਦੀ ਸਰਕਾਰ ਪੂਰਨ ਤੌਰ 'ਤੇ ਜ਼ਿੰਮੇਵਾਰ ਹੋਵੇਗੀ। ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ DSP ਸਾਹਿਬ ਨੂੰ ਇਸ ਕਰੋਨਾ ਮਹਾਂਮਾਰੀ ਦੀ ਭੇਟ ਚੜ੍ਹਨਾ ਪਿਆ। ਔਰ ਸਾਡੇ, ਮੈਂ ਪਹਿਲਾਂ ਵੀ ਖਬਰ ਲਵਾਈ ਸੀ ਜਗਬਾਣੀ ਦੇ ਵਿੱਚ, ਪੰਜਾਬ ਕੇਸਰੀ 'ਚ ਖਬਰ ਲੱਗੀ ਸੀ ਮੇਰੀ ਕਿ ਇਸ ਕਰੋਨਾ ਦੀ ਬਿਮਾਰੀ 'ਚ ਚੱਲਦਿਆਂ ਸਰਕਾਰ ਨੂੰ ਜਿਹੜਾ ਧਿਆਨ ਦੇਣਾ ਚਾਹੀਦਾ, ਵਿਸ਼ੇਸ਼ ਮੁਲਾਜ਼ਮਾਂ ਨੂੰ ਸੁਰੱਖਿਅਤ ਕਿੱਟਾਂ ਮੁਹੱਈਆ ਕਰਾਉਣੀਆਂ ਚਾਹੀਦੀਆਂ, ਉਹਨਾਂ ਦੀਆਂ ਤਨਖਾਹਾਂ ਦੁੱਗਣੀਆਂ ਕਰਨੀਆਂ ਚਾਹੀਦੀਆਂ, ਉਹਨਾਂ ਦਾ ਕੁਛ ਐਸੇ ਬੀਮੇ ਕਰਾਉਣੇ ਚਾਹੀਦੇ ਜਿਹੜੇ ਉਹਨਾਂ ਦੇ ਬੱਚੇ ਸੁੱਖ ਦਾ ਸਾਹ ਲੈ ਸਕਣ। ਕਿਉਂਕਿ ਕਰੋਨਾ ਵਰਗੀ ਮਹਾਂਮਾਰੀ ਬਿਮਾਰੀ ਵਿੱਚ ਚੱਲਦਿਆਂ ਪਤਾ ਨਹੀਂ ਕਿਹਨੇ ਇਸ ਭੈੜੀ ਬਿਮਾਰੀ ਦੀ ਭੇਟ ਚੜ੍ਹ ਜਾਣਾ, ਅਤੇ ਮੈਂ ਸਰਕਾਰ ਨੂੰ ਇਹੀ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਮੁਲਾਜ਼ਮਾਂ 'ਤੇ ਰਹਿਮ ਕਰਨ, ਉਹਨਾਂ ਦੀਆਂ ਤਨਖਾਹਾਂ 'ਤੇ ਕੱਟ ਲਾਉਣਾ ਬੰਦ ਕਰਨ। ਚੀਫ ਸੈਕਟਰੀ ਪੰਜਾਬ ਵੱਲੋਂ ਅਪੀਲ ਕੀਤੀ ਗਈ ਹੈ ਕਿ ਮੁਲਾਜ਼ਮਾਂ ਨੂੰ ਜਿਹੜਾ 30% ਜਿਹੜੀ ਸੈਲਰੀ ਆ ਉਹ CM ਫੰਡ ਵਿੱਚ ਦੇਣ ਦੀ, ਜਿਹੜੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ? ਦੇਖੋ ਜੀ, ਪੰਜਾਬ ਸਰਕਾਰਾਂ ਜੋ ਵੀ ਕਰ ਰਹੀਆਂ ਬਹੁਤ ਵਧੀਆ ਹਾਲੇ ਤੱਕ ਕਰ ਰਹੀਆਂ, ਪਰ ਜਿਹੜੇ ਪੰਜਾਬ ਸਰਕਾਰ ਦੇ ਫੈਸਲੇ ਆ ਉਹ ਦਿਨ ਪ੍ਰਤੀ ਦਿਨ ਪਹਿਲਾਂ ਫੈਸਲਾ ਕਰਕੇ ਫਿਰ ਉਹਨੂੰ ਮੁੱਕਰ ਜਾਣਾ, ਉਹ ਕੁਛ ਸਮਝ ਤੋਂ ਪਰੇ ਆ ਕੰਮ। ਜਿਹੜਾ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਹੋ ਗਈ, ਸਫਾਈ ਮਜ਼ਦੂਰਾਂ ਦੀ ਤਨਖਾਹ ਹੋ ਗਈ, ਜਾਂ ਜਿਹੜੇ ਡਾਕਟਰਸ ਆ, ਸਾਡੀਆਂ ਨਰਸਿਸ ਭੈਣਾਂ ਹੈਗੀਆਂ, ਬੀਬੀਆਂ ਹੈਗੀਆਂ, ਜਿਹੜੇ ਇਸ ਐਡੀ ਵੱਡੀ ਭਿਆਨਕ ਬਿਮਾਰੀ ਦਾ ਸਾਹਮਣਾ ਕਰ ਰਿਹਾ, ਲੋਕਾਂ ਵਾਸਤੇ ਲੜ ਰਹੇ ਰਾਤ ਦਿਨ, ਜੇ ਆਪਾਂ ਉਹਨਾਂ ਦੀਆਂ ਤਨਖਾਹਾਂ ਵਿੱਚੋਂ ਜਿਹੜਾ 30% ਕੱਟ ਲਵਾਂਗੇ ਤਾਂ ਉਹਨਾਂ ਦਾ ਜਿਹੜਾ ਮਨੋਬਲ ਆ ਬੜਾ ਡਿੱਗ ਜਾਊਗਾ। ਸਾਨੂੰ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਸਾਰੇ ਮੁਲਾਜ਼ਮਾਂ ਦਾ ਮਨੋਬਲ ਬਣਾਇਆ ਜਾਵੇ, ਔਰ ਤਾਂ ਕਿ ਜਿਹੜੇ ਆ ਇਹ ਨਿਰਸਵਾਰਥ ਹੋ ਕੇ ਸੇਵਾ ਕਰ ਰਹੇ ਆ, ਔਰ ਇਹਨਾਂ ਦੀ ਜਿਹੜੀ ਸੇਵਾ ਕਰਨ ਦੀ ਭਾਵਨਾ ਵਿੱਚ ਜਿਹੜਾ ਉਹ ਹੋਰ ਬਲ ਮਿਲੇ ਨਾ।
चीफ सैकटरी पंजाब वालों जिन्हें भी पंजाब के कर्मचारी उन्होंने अपील की गई कि अपनी अगली सैलरी का 30% जरा वा चीफ मिनिस्टर फंड पान करवा कराए थे की कहना चाहोगे इस बारे चीफ सैकटरी साहब न ऐसी स्टेटमेंट देने तो पहला पंजाब के जोड़े मंत्री आ पंजाब के जोड़े एम एल एस ने भारतीय जनता पार्टी के सारे एम एल एस जोड़े थे चाहे मौजूदा ने चाहे भूतपूर्व मंत्री सारे अपना अपना योगदान पी एम केयर के इस कोविड 19 एमरजेंसी फंड जो अपना एक एक पेनशन या एक एक तनखा जी वो दे चुके हैं लेकिन हले तक कितने नहीं आया कि कांग्रेस के किसी एम एल ए ने कोई ऐसा योगदान पाया हो कांग्रेस के किसी मिनिस्टर ने ऐसा योगदान पाया हो चीफ सैकटरी साहब ने निवेदन की मैं कदर करदा अपील की मैं कदर करदा लेकिन अज की डेट के पंजाब दे विच भी दो तरह के कर्मचारी काम कर रहे हैं एक ऐसे कर्मचारी काम कर रहे हैं जेडे मंडिया के लोगों के नाल गरीबों नाल धोखा करके माड़ी कणक मिक्स करके घोटाले कर रहे हैं इस वेले के समय के जो दुनिया त्राही त्राही कर रही है उन्होंने अपील की है कि अपनी करप्शन की कमाई के 30% दे दो या वो गरीब वो सेवादार पंजाब पुलिस का एक नवा चेहरा सामने आया असी अपनी होश के पहली बारी ऐसा पंजाब पुलिस का चेहरा सेवा भाव लैके आया वो सफाई सेवक वो हैल्थ कर्मचारी जिन्हों थोड़े दिन पहला कैप्टन अमरिंदर सिंह ने तो की किया सी मैं उन्होंने कहा कि कैप्टन अमरिंदर सिंह मस्ट फॉलो द गाइडलाइनस ऑफ द डिसीजनस टेकन बाय हरियाणा गौरमेंट हरियाणा गौरमेंट के मुख्यमंत्री साहब ने उतों के सफाई सेवकों की और सेहत कर्मियों की तनखा डबल देने का ऐलान अज तो 15 दिन पहला किया सी पंजाब हरियाणे नो ज़्यादा गरीब हो गया जां हरियाणे दे विच कुछ ज्यादा देनदारी आ गई है यार सरकार की कर रही है दे आर ऑल बंच ऑफ जोकर्स की स्टेटमेंटा दे रहे हैं वो कर्मचारी जेडे 24-24 घंटे अपने परिवारों नूं छड़ के अपने बच्चों नूं भुल के चौंकां दे विच हस्पतालां दे विच गलियां मुहल्लियां दे विच लोगों की सेवा लिए लगे हुए उन्होंने को कहने तुम 30 उन्होंने देना तो की तुम 30% उन्होंने शेयर मंगते पे हो कितों कितों इस सरकार ने इकट्ठा करना सानू दस देन केंद्र को 4,000 करोड़ तो वध दा मैं डाटा दे चुका ऑलरेडी 6,000 करोड़ रुपया चीफ मिनिस्टर रिलीफ एमरजेंसी रिलीफ फंड का इन्होंने कोल पिया और इन्हों के कर्मचारी घोटाले करते पे ने इन लीडर की सपोर्ट के तह के उत्ते इनक्वायरियां मार्क हो रही हैं शर्म आनी चाहिए है कैप्टन सरकार नूं पंजाब दे अंदर की कर रहे हो तुसीं कोई रब दी थोड़ी जी शर्म खाओ कोई खौफ खाओ कांग्रेसियो कोई खौफ खाओ थोड़ा जिहा कोई खौफ खाओ ਪੰਜਾਬ ਵੱਲੋਂ ਇੱਕ ਅਪੀਲ ਕੀਤੀ ਗਈ ਹੈ ਮੁਲਾਜ਼ਮਾਂ ਨੂੰ ਕਿ ਜਿਹੜੀ 30% ਜਿਹੜੀ ਸੈਲਰੀ ਹੈ ਉਹ ਕਟਾਈ ਜਾਵੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਦੇ ਰਿਗਾਰਡਿੰਗ ਮੈਂ ਇਹੀ ਗੱਲ ਕਹਿਣੀ ਚਾਹਾਂਗਾ ਕਿ ਦੇਖੋ ਜਿੱਦਾਂ ਦੇ ਅੱਜ ਹਾਲਾਤ ਪੂਰੇ ਸੰਸਾਰ ਵਿੱਚ ਬਣੇ ਆ ਹਿੰਦੁਸਤਾਨ 'ਚ ਬਣੇ ਆ ਪੰਜਾਬ ਵਿੱਚ ਬਣੇ ਆ ਆਪਾਂ ਸਾਰੇ ਬਹੁਤ ਭਲੀ ਭਾਂਤ ਉਹਨਾਂ ਬਾਰੇ ਜਾਣਦੇ ਹਾਂ ਕਿ ਜਿਹੜੀ ਕਰੋਨਾ ਵਾਇਰਸ ਆ ਉਹਨੇ ਪੂਰੀ ਮਨੁੱਖਤਾ ਨੂੰ ਹਿਲਾ ਕੇ ਰੱਖ ਦਿੱਤਾ ਵਾ ਔਰ ਅੱਜ ਉਸ ਲੜਾਈ ਨੂੰ ਅੱਗੇ ਹੋ ਕੇ ਲੜਨ ਵਾਸਤੇ ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਚਾਹੇ ਉਹ ਪੁਲਿਸ ਮਹਿਕਮਾ ਲੈ ਲਈਏ ਚਾਹੇ ਉਹ ਡਾਕਟਰ ਸਾਹਿਬਾਨ ਲੈ ਲਈਏ ਜਾਂ ਉਹ ਸਫਾਈ ਕਰਮਚਾਰੀ ਲੈ ਲਈਏ ਜਾਂ ਹੋਰ ਵੀ ਵੱਖ ਵੱਖ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਦੇ ਸਾਰੇ ਮੁਲਾਜ਼ਮ ਜਿਹੜੇ ਨੇ ਉਹ ਅੱਗੇ ਹੋ ਕੇ ਲੜਾਈ ਲੜ ਰਹੇ ਨੇ ਅਸੀਂ ਲੋਕ ਘਰਾਂ 'ਚ ਬੈਠੇ ਹਾਂ ਅਤੇ ਉਹ ਸਾਡੀ ਲੜਾਈ ਜਿਹੜੀ ਆ ਉਹ ਲੋਕ ਲੜ ਰਹੇ ਨੇ ਅਤੇ ਇਹੋ ਜਿਹੇ ਹਾਲਾਤਾਂ ਦੇ ਵਿੱਚ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਵੱਲੋਂ ਕੋਈ ਇੱਦਾਂ ਦਾ ਜਿਹੜਾ ਉਹ ਅਪੀਲ ਕੀਤੀ ਜਾਣੀ ਕਿ ਉਹਨਾਂ ਲੋਕਾਂ ਦੀ 30% ਜਿਹੜੀ ਸੈਲਰੀ ਉਹਦੇ ਵਿੱਚੋਂ ਉਹ ਕੱਟੀ ਜਾਊਗੀ ਇੱਕ ਬਹੁਤ ਮਦਭਾਗੀ ਗੱਲ ਆ ਮੈਂ ਸਮਝਦਾ ਹੈਗਾ ਕਿਉਂਕਿ ਉਹਨਾਂ ਲੋਕਾਂ ਨੂੰ ਤਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਤੇ ਖਾਸ ਤੌਰ 'ਤੇ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਔਰ ਉਹਨਾਂ ਨੂੰ ਹੋਰ ਜ਼ਿਆਦੀਆਂ ਸੁੱਖ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣ
ਅਤੇ ਉਹ ਸੁੱਖ ਸਹੂਲਤਾਂ ਦੇਣ ਦੀ ਬਜਾਏ ਜੇਕਰ ਉਹਨਾਂ ਦੀ ਸੈਲਰੀ ਵਿੱਚੋਂ 30% ਜਿਹੜਾ ਹੈਗਾ ਉਹ ਡਿਡਕਟ ਕੀਤਾ ਜਾਂਦਾ ਤਾਂ ਬਹੁਤ ਮਾੜੀ ਗੱਲ ਹੈਗੀ ਆ। ਔਰ ਉਹਦੇ ਲਈ ਮੈਂ ਪ੍ਰਸ਼ਾਸਨ ਨੂੰ ਔਰ ਖਾਸ ਤੌਰ 'ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਕਿਰਪਾ ਕਰਕੇ ਉਹਨਾਂ ਲੋਕਾਂ ਦੀ ਕੋਈ ਵੀ ਇੱਦਾਂ ਦੀ ਸੈਲਰੀ ਜਿਹੜੀ ਉਹ ਨਾ ਕੱਟੀ ਜਾਵੇ, ਕਿਉਂਕਿ ਮੁਲਾਜ਼ਮ ਜਿਹੜੇ ਨੇ ਉਹ ਅੱਜ ਦੀ ਡੇਟ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਇਸ ਲੜਾਈ ਦੇ ਵਿੱਚ ਪਾ ਰਹੇ ਨੇ। ਔਰ ਇਹਦੇ ਲਈ ਮੈਂ ਹਰਿਆਣੇ ਦੀ ਗੱਲ ਕਰ ਲਵਾਂ ਤਾਂ ਉੱਥੇ ਮੈਂ ਸੁਣਿਆ ਕਿ ਜੋ ਪੰਜਾਬ ਉਹਨਾਂ ਦੀ ਹਰਿਆਣਾ ਗੌਰਮੈਂਟ ਆ ਉਹਨਾਂ ਵੱਲੋਂ ਡਬਲ ਸੈਲਰੀ ਜਿਹੜੀ ਆ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਹੈਗੀ ਆ। ਅਤੇ ਅਸੀਂ ਡਬਲ ਸੈਲਰੀ ਤਾਂ ਕੀ ਦੇਣੀ, ਅਸੀਂ ਜਿਹੜੀ ਉਹਨਾਂ ਦੀ ਆਪਦੀ ਸੈਲਰੀ ਆ ਉਹਦੇ ਵਿੱਚੋਂ ਵੀ ਸਰਕਾਰ ਕਹਿ ਰਹੀ ਹੈ ਕਿ 30% ਘਟਾ ਦਿੱਤਾ ਜਾਵੇ, ਇਹ ਬਹੁਤ ਮੰਦਭਾਗੀ ਘਟਨਾ ਵਾ, ਮੰਦਭਾਗੀ ਗੱਲ ਵਾ। ਔਰ ਉਹਦੇ ਲਈ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇੱਦਾਂ ਦਾ ਕੋਈ ਫੈਸਲਾ ਨਾ ਲਿਆ ਜਾਵੇ। ਕਿ ਆਪਣੇ ਪੰਜਾਬ ਦੇ ਚੀਫ ਸੈਕਟਰੀ ਵੱਲੋਂ ਮਤਲਬ ਕਿ ਕਹਿ ਲਓ ਕਿ ਕਲਾਸ 1 ਕਲਾਸ 2 ਦੇ ਮਤਲਬ ਕਿ ਮੁਲਾਜ਼ਮਾਂ ਦੀ ਜਿਹੜੀ ਕਿ 30% ਤਨਖਾਹ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ, ਅਪੀਲ ਵੀ ਕੀਤੀ ਗਈ ਹੈ, ਤਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਅਜੇ ਬਬਲਾ, ਸੀਨੀਅਰ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ, ਆਪਣੇ ਵੱਲੋਂ ਪਹਿਲਾਂ ਤਾਂ ਮੈਂ ਉਹਨਾਂ ਸਫਾਈ ਕਰਮਚਾਰੀਆਂ ਨੂੰ, ਪੁਲਿਸ ਮੁਲਾਜ਼ਮਾਂ ਨੂੰ ਅਤੇ ਜਿਹੜੇ ਡਾਕਟਰ ਸਾਹਿਬਾਨ, ਮੈਡੀਕਲ ਸਟਾਫ, ਨਰਸਿਸ ਹੈ, ਉਹਨਾਂ ਨੂੰ ਤਹਿ ਦਿਲੋਂ ਸਲਿਊਟ ਕਰਦਾ। ਇਹ ਕਰੋਨਾ ਦੇ ਇਸ ਸਿਸਟਮ ਦੇ ਵਿੱਚ ਜਦੋਂ ਦਾ ਇਹ ਮਹਾਂਮਾਰੀ ਚੱਲੀ ਆ, ਜਿੰਨੀ ਤਹਿ ਦਿਲੀ ਨਾਲ, ਜਿੰਨੀ ਫਰਾਕ ਦਿਲੀ ਨਾਲ, ਜਿੰਨੀ ਮਿਹਨਤ ਨਾਲ ਇਹ ਤਿੰਨ ਕੈਟਾਗਰੀਆਂ ਨੇ ਕੰਮ ਕੀਤਾ ਹੈ, ਪੁਲਿਸ ਮੁਲਾਜ਼ਮ ਬੜੀ ਤਨਦੇਹੀ ਨਾਲ, ਚਾਹੇ ਅਫਸਰ ਆ, ਚਾਹੇ ਮੁਲਾਜ਼ਮ ਥੱਲੜੇ ਲੈਵਲ ਦੇ ਨੇ, ਏਐਸਆਈ ਹੌਲਦਾਰ ਕੋਈ ਵੀ ਹੈ, ਜਾਂ ਸਫਾਈ ਕਰਮਚਾਰੀ ਨੇ, ਦਿਨ ਰਾਤ ਉਹ 2 ਟਾਈਮ ਡਿਊਟੀ ਉਹਨੇ ਲੱਗਦੀ, 2 ਟਾਈਮ ਹਰ ਤਰ੍ਹਾਂ ਦੀ ਸਫਾਈ ਕਰਦੇ ਨੇ। ਤੀਜੀ ਗੱਲ ਆ ਗਈ ਡਾਕਟਰ ਸਟਾਫ ਦੀ, ਨਰਸਿਸ ਦੀ, ਬੜੇ ਹੀ ਸੁਚੱਜੇ ਢੰਗ ਨਾਲ ਕੋਈ ਮਰੀਜ਼ ਆਉਂਦਾ ਉਹਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਉਹਦੀ ਦੇਖਭਾਲ ਕਰਦੇ ਨੇ। ਅਤੇ ਮੈਂ ਸਲਿਊਟ ਇਸ ਕਰਕੇ ਵੀ ਕਰਦਾ ਕਿਉਂਕਿ ਜੋ ਸਾਡੇ ਸਮਾਜਿਕ ਤੌਰ 'ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਵੀ ਸਰਕਾਰਾਂ ਦਾ ਫਰਜ਼ ਬਣਦਾ ਹੈ ਇਹਨਾਂ ਤਿੰਨਾਂ ਟਾਈਪ ਦੇ ਜਿਹੜੇ ਵੀ ਸਰਵਿਸ ਦੇ ਰਹੇ ਨੇ ਸਮਾਜ ਨੂੰ ਇਸ ਮਹਾਂਮਾਰੀ ਦੇ ਵਿੱਚ। ਮੈਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਮੁੱਖ ਮੰਤਰੀ ਪੰਜਾਬ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਕਿਆ ਸਰਕਾਰ ਵੱਲੋਂ ਕਿਸੇ ਪੁਲਿਸ ਕਰਮੀ ਦੇ ਨਾਕੇ ਦੇ ਉੱਪਰ ਤੁਸੀਂ ਚਾਹ ਪਹੁੰਚਾਈ, ਕਿਤੇ ਰੋਟੀ ਦਿੱਤੀ, ਜਾਂ ਤਾਂ ਮੰਦਰ ਦੇ ਰਹੇ ਆ, ਗੁਰਦੁਆਰੇ ਦੇ ਰਹੇ ਆ, ਸੋਸ਼ਲ ਸੁਸਾਇਟੀਆਂ ਦੇ ਰਹੀਆਂ, ਕੋਈ ਕਲੱਬ ਦੇ ਰਹੇ, ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ। ਕਿਆ ਜਿਹੜੇ ਇਹ ਵਿਚਾਰੇ ਗਰੀਬ ਜਿਹੜੇ ਸਫਾਈ ਕਰਮਚਾਰੀ ਆ ਇਹਨਾਂ ਦੀ ਨੂੰ ਰਾਸ਼ਨ ਜਿਹੜਾ ਸੁੱਕਾ ਤੁਸੀਂ ਦਿੱਤਾ, ਅੱਜ ਦੇਖਣ 'ਚ ਆਇਆ ਇਹ ਸਭ ਜਿੰਨਾ ਰਾਸ਼ਨ ਵੰਡਿਆ ਸਰਦਾਰ ਐਸ ਪੀ ਸਿੰਘ ਓਬਰਾਏ ਸਾਹਿਬ ਜਿਹੜੇ ਮੇਨ ਮੁੱਖ ਜਿਹੜੇ ਸੰਚਾਲਕ ਨੇ ਜਿਹੜਾ ਆਪਣਾ ਸਰਬੱਤ ਦਾ ਭਲਾ ਜਿਹੜੀ ਚੈਰੀਟੇਬਲ ਟਰੱਸਟ ਆ ਉਹਨਾਂ ਦੀ ਹਿੰਮਤ ਸਦਕਾ ਸਾਡੇ ਰਿੱਕੀ ਚੀਮਾ ਜੀ, ਬਲਵਿੰਦਰ ਚੀਮਾ ਜੀ ਨੇ ਜੋ ਕਪੂਰਥਲੇ ਤੋਂ ਇੰਚਾਰਜ ਨੇ, ਅਤੇ ਉਹਨਾਂ ਨੇ ਕਪੂਰਥਲੇ 'ਚ 2 ਟਰੱਕ ਰਾਸ਼ਨ ਦੇ ਵੰਡੇ ਆ, ਕਿੱਥੇ ਜਾ ਕੇ ਗਰੀਬ ਸਫਾਈ ਕਰਮਚਾਰੀਆਂ ਨੂੰ ਦਿੱਤੇ ਜਾ ਕੇ, ਜਿਹੜੇ ਕੋਈ ਗਰੀਬ ਕੋਈ ਤਬਕੇ ਆ ਜਾਂ ਦਰਮਿਆਨੇ ਤੌਰ 'ਤੇ ਉਹਨਾਂ ਨੂੰ ਦਿੱਤੇ ਜਾ ਕੇ, ਜਿਹੜੀਆਂ ਚਾਹ ਔਰ ਸਵੇਰ ਦਾ ਨਾਸ਼ਤਾ ਉਹ ਮੰਦਰ ਜਾਂ ਗੁਰਦੁਆਰੇ 'ਤੇ ਜਾ ਰਿਹਾ, ਕੋਈ ਸਮਾਜਿਕ ਸੰਗਠਨਾਂ ਨੇ ਜ਼ਿੰਮੇਵਾਰੀਆਂ ਲਈਆਂ, ਇਹ ਨਾਕੇ ਸਾਡੇ ਜਿਵੇਂ, ਉਹ ਨਾਕੇ ਸਾਡੇ ਜਿਵੇਂ, ਅਤੇ ਕੀ ਹੱਕ ਆ ਸਰਕਾਰ ਨੂੰ ਵੀ ਉਹਨਾਂ ਦੇ 30% ਜਾਂ ਉਹਨਾਂ ਦੀ ਕਟੌਤੀ ਕਰਨੀ ਹੁੰਦੀ ਹੈ ਤਨਖਾਹਾਂ 'ਚ? ਮੈਂ ਤਾਂ ਕਹਿੰਦਾ ਐਪਰੀਸ਼ੀਏਟ ਕਰਨਾ ਚਾਹੀਦਾ, ਉਹਨਾਂ ਨੂੰ ਇੰਕਰੀਮੈਂਟ ਦੇਣੀ ਚਾਹੀਦੀ ਹੈ, ਉਹਨਾਂ ਦੀ ਤਨਖਾਹ ਡਿਊਟੀ ਕਰਨੀ ਚਾਹੀਦੀ ਹੈ ਸਰਕਾਰ ਨੂੰ, ਸਰਕਾਰਾਂ ਦਾ ਇਹ ਕੰਮ ਨਹੀਂ। ਹਾਂ, ਸਰਕਾਰਾਂ ਨੂੰ ਇੰਨਾ ਹੈ ਕਿ ਉਹ ਜਿਹੜੀਆਂ ਆਪਣੀਆਂ ਤਨਖਾਹਾਂ ਆਪਣੇ ਭੱਤੇ ਲੈ ਰਹੇ ਉਹ ਬੰਦ ਕਰੇ ਹੈ, ਜਿਹੜੇ ਮੰਤਰੀ ਆ, ਜਿਹੜੇ MLA ਆ, ਜਿਹੜੇ MLA ਰਹਿ ਚੁੱਕੇ 4-4 ਵਾਰੀ, ਉਹ ਵੀ ਤਨਖਾਹਾਂ ਲਈ ਜਾਂਦੇ ਆ। ਮੈਂ ਸਮਝਦਾ ਸਰਕਾਰ ਦਾ ਖਜ਼ਾਨਾ ਤਾਂ ਲੁੱਟ ਰਹੇ ਮੰਤਰੀ ਅਤੇ MLA ਤਾਂ ਸਾਰੇ, ਅਤੇ ਮੈਂ ਇਹ ਗੱਲ ਕਰਦਾ, ਮੇਰੀ ਦਿਲੀ ਹਮਦਰਦੀ ਹੈ ਜਿਹੜੇ ਸਫਾਈ ਸੇਵਕ, ਪੁਲਿਸ ਮੁਲਾਜ਼ਮ, ਡਾਕਟਰ ਸਟਾਫ, ਨਰਸਿਸ, ਉਹਨਾਂ ਨਾਲ। ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਬਿਲਕੁਲ ਇਹਨਾਂ ਦੀ ਮਿਹਨਤ ਜਿਹੜੀ ਆ ਇਹਨਾਂ ਨੂੰ ਦਿੱਤੀ ਜਾਵੇ, ਇਹਨਾਂ ਨੂੰ ਰਿਵਾਰਡ ਵੀ ਦਿੱਤਾ ਜਾਵੇ। ਇਹਨਾਂ ਸ਼ਬਦਾਂ ਨਾਲ ਨਾਲ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜੀ ਇਹ ਕਰੋਨਾ ਵਾਇਰਸ ਦੀ ਲੜਾਈ ਹੈ, ਇਹ ਇਸ ਟਾਈਮ ਡਾਕਟਰ, ਪੁਲਿਸ ਮਹਿਕਮਾ ਅਤੇ ਸਫਾਈ ਸੇਵਕ ਬਿਨਾਂ ਕਿੱਟਾਂ ਤੋਂ, ਬਿਨਾਂ ਹੀ ਸਮਾਨ ਤੋਂ
फ्रंट पर आ के देश की सेवा कर रहा है। जे ये भी साढ़े मुलाजम का किसी भी महकमे दे 30% कटिया जाता है तो असी यदा पूरा विरोध करांगे। जबकि पंजाब सरकार दे साबका 129 MLA इनिया इनिया पेंशन लै रहे हैं, वो अपनिया पेंशन छड़ देन, उन्होंने क्यों नहीं पेंशन छड़ रहे हैं? जबकि वह पंजाब ते वित्ती बोझ है, जिहड़ा बंदा रिटायर हो जाता जे उहदी पेंशन ही सफाई सेवक की तो इन्हां नूं कल ही पेंशन दिती जाती है। इस करके साड़ी यह बेनती है कि साढ़े किसी मुलाजम का 30% ना कटिया जाए। जिहड़े साबका MLA है इन्हां दीआं पेंशन बंद कीतियां जाण। ते मैं गोपाल थापर सीनियर वाइस प्रधान पंजाब नगर पालिका कर्मचारी संगठन तो यह अपील करदा हां कि चाहे कोई डॉक्टर है चाहे पुलिस महकमा है किसी का भी यह 30% ना कटिया जाए। तो एक जिहड़ी कल कैबिनेट मंत्री वलों मरिंडे विच सफाई सेवक नाल बस लुकी की गई है, वो अगे गांह तो भविख विच किसी भी MLA मंत्री ने जे की तो बर्दाश्त नहीं किया जाऊगा। तो नहीं तो असी करोना वायरस की लड़ाई में छड़ के सारे पंजाब दे विच संघर्ष करांगे। जय जनता जय संघर्ष। 200 रुपया सारे ही मुलाजमान का जदों की सरकार बनी है 200 रुपया एक मुलाजम का कट रहे हैं 2400 रुपये के हिसाब के नाल, वह भी असी पहले ही नजायज़ दे रहे हैं। जबकि डिवेलपमेंट चार्ज साढ़े तो नहीं लगना, असी इनकम टैक्स भी कटा रहे हैं मुलाजम। इस करके साड़ी सरकार नूं ये भी बेनती है भी इस लड़ाई के बाद सानू ये 200 रुपये तो भी माफ़ी दी जाए। Subscribe to our YouTube channel News DNN by clicking the bell icon. Don't forget to like, comment and share.